अस्सलाम वालेकुम। हाँ जी, की हाल चाल है? ठीक हो? लो जी, अज धुंदने तो कुछ बचाए ही, लेकिन उत्तू जड़ा ना अल्लाह तुहाडा भला करे, बदल वो बने हैं बड़ा गूढ़ा, तो ठंड शंड वाह वाह बनी है। ठीक है जी, वो पिछे शटरिंग हो गई है जी, यदि कनोपी दी कनु परली जड़ा परला गेट है वो, तो वह जवान जनाब पिलर के टोए शो कढ़ रहे हैं जेडे अगे बनने ने फ्रंट ते। चट्टा तो तकरीबन नेड़े लग पिया, वो वेख्या जे शटरिंग एक होया उठे तो एक इत्थे आवेगा। ठीक है जी, बतक का अंडा 60 रुपए बोले, डबल गुल्फा के सिंगल गुल्फा? हेलो, जीवन जीवन दुर्गा जीवन पुत्रा। लो जी, टोए की खुदाई शुरू है, आओ तुहानू विखाईए जरा। अल्लाह अकबर, ये ने मजीद थले जाना है को 1.5-2 फुट। कनोपी भी रेडी है, शटरिंग हो गई है दी, हुण उत्ते सनाब सरिया शरिया तो फिर यदा डिजाइन बनेगा। गो अगली साइड तो लाए ने जने पिछू बनाते बनाते, वो लो जी, वो जी दीवार है ना, वो अपनी लास्ट स्टेज पर तुर गई है लंटर वाली, तो वह लैवल होना लंटर का 12 फुट। जरा तुम बहाइए, रखा जी, ये फाइनल हो गई। गुजरात शहर अंबर साहब नू लग गई जे ठंड, टोपी शोपी पा ली ने, अज मौसम जड़ा जना अज मौसम इंतहाई ठंडा है जी, इंतहाई ठंडा है। ठीक है जी, अल्लाह तुहाडा भला करे। धुंद भी नाल हुण आ गई है, सवेरे तो नहीं सी इन्नी, तो लेकिन जड़ा ना उत्ते बदल बदल बहुत गूढ़े होए ने, पिछे तुसीं वेंदे हो पर कोई शाय नहीं नज़र आउंदी भी। करंट सिचुएशन है जी गुजरात पंजाब दी, वेख लो तुसी नवाई इलाके जड़े ने इस तरह जनाब गर्दो गुबार धुंद दा ते बदल दा। वेखो जी शीशा दे भी बाहर ठंड है, गड्डी दे विच ही टरे ना बाप बन जाती है। लो जी, असी इस टाइम रेलवे रोड उते ना, ठीक है जी,
ਤੇ ਰੇਲਵੇ ਰੋਡ ਦਾ ਤੁਹਾਨੂੰ ਜ਼ਰਾ ਰਸ਼ ਵਹਾਈਏ ਕਿ ਸਾਨੂੰ ਰੇਲਵੇ ਰੋਡ ਉੱਥੋਂ ਜਿਉਂ ਹੀ ਅਸੀਂ ਚੜ੍ਹੇ ਹਾਂ ਨਾ ਜੀ ਟੀ ਰੋਡ ਤੋਂ ਰੇਲਵੇ ਰੋਡ ਵੱਲ ਤਾਂ ਮੇਰਾ ਹਾਲੇ ਕੋਈ ਅੱਧਾ ਘੰਟਾ ਲੱਗਾ ਸਿਰਫ ਰੇਲਵੇ ਰੋਡ ਦੇ ਅੱਧ ਤੱਕ ਆਉਂਦਿਆਂ ਨੂੰ ਇੰਨੀ ਕੁ ਟ੍ਰੈਫਿਕ ਸੀ ਜਨਾਬ ਕਾਰੋਬਾਰੀ ਆਬੇ ਗੁਜਰਾਤ ਸ਼ਹਿਰ ਦਾ ਸਰਗੋਧਾ ਰੋਡ ਤੇ ਰੇਲਵੇ ਰੋਡ ਠੀਕ ਹੈ ਜੀ ਵੇਖੋ ਜ਼ਰਾ ਪੂਰਾ ਕਾਰੋਬਾਰੀ ਆਬੇ ਜੀ ਪੂਰਾ ਰਸ਼ ਦੇ ਵਿੱਚ ਜੀ ਬੈਕ ਕੈਮਰੇ ਦੀ ਬੜੀ ਸਹੂਲਤ ਹੁੰਦੀ ਹੈ ਗੱਡੀ 'ਚ ਠੀਕ ਹੈ ਜੀ ਤੁਸੀਂ ਗੱਡੀ ਬੜੀ ਆਸਾਨੀ ਨਾਲ ਨਾ ਟਰਨ ਟੁਰਨ ਕਰ ਸਕਦੇ ਹੋ ਵੇਖੋ ਹਾਂ ਇੱਥੇ ਇਹਦਾ ਰਸ਼ ਜੀ ਗੁਜਰਾਤ ਦਾ ਮਸ਼ਹੂਰ ਫਰੂਟ ਚਾਟ ਸ਼ੇਖ ਫਰੂਟ ਚਾਟ ਕਚਹਿਰੀ ਚੌਕ ਮੈਂਬਰ ਸਾਹਿਬ ਕਹਿੰਦੇ ਹੁਣ ਫਰੂਟ ਚਾਟ ਖਾਣਾ ਹੈ ਹੁਣ ਫਰੂਟ ਚਾਟ ਖਾਣਾ ਮੈਂ ਸਰਦੀ ਇੰਜੋਏ ਕਰ ਰਹੇ ਨੇ ਟੋਪੀ ਸ਼ੋਪੀ ਪਾ ਕੇ ਬੜੀ ਠੰਡ ਹੋਈ ਹੈ ਜੀ ਗੁਜਰਾਤ ਦੇ ਵਿੱਚ ਵੀ ਨਾ ਸਮਝੋ ਕਿ ਤੁਸੀਂ ਅੱਜ ਨਾ ਹੱਥ ਪੈਰ ਜਿਹੜੇ ਨੇ ਨਾ ਠਰਦੇ ਨੇ ਉਂਝ ਹੀ ਇੰਨੀ ਕੁ ਠੰਡ ਹੋਈ ਹੈ ਥੋੜ੍ਹਾ ਜਿਹਾ ਟਾਈਮ ਲੱਗਣਾ ਭਾਨ ਕਦੋਂ ਨਕਲੀ ਹੈ ਭਾਨ ਦੇ ਵੀ ਅਸਲੀ ਨੇ ਛੇ ਸਾਲ ਬੜਾ ਔਖਾ ਹੀ ਫਰੂਟ ਚਾਟ ਵਾਸਤੇ ਅੱਜ ਦਲੇਰੀ ਨਾਲ ਆ ਗਿਆ ਉਹਨੇ ਫਰੂਟ ਚਾਟ ਮੈਂ ਖਵਾਉਣਾ ਫਰੂਟ ਚਾਟ ਹੋ ਗਿਆ ਮਹਿੰਗਾ ਉਹਨਾਂ ਕਿਹਾ 600 ਰੁਪਏ ਦੀਆਂ ਦੋ ਪਲੇਟਾਂ ਅੱਲਾ ਖੈਰ ਕਰੇ ਲਓ ਹਾਂ ਖੋਲੋ ਇੱਥੇ ਹੀ ਇੱਕ ਵਾਰੀ ਨਾ ਗੱਡੀ ਖਲੋਤੀ ਰਹਿ ਆਉਂਦੇ ਖੋਲੋ ਫਰੂਟ ਚਾਟ ਚੰਗਾ ਦੇਖੋ ਲਓ ਜੀ ਇਹ ਵੀ ਤਰੇ ਥੋੜਾ ਹੀ ਇਹ ਵੇ ਜੀ ਸਪੈਸ਼ਲ ਬਦਾਮ ਸ਼ਦਾਮ ਚਲੋ ਬੰਦ ਕਰੋ ਕੈਮਰਾ ਉਹ ਕੈਮਰੇ ਚੋਂ ਵਹਾ ਤੇ ਲਈਏ ਨਾ ਪੂਰਾ ਤੁਸੀਂ 600 ਭਰਿਆ ਤੁਹਾਡਾ 600 ਤੇ ਇਹ ਵੇਖੋ ਜਨਾਬ ਇਹਨੂੰ ਜਨਾਬ ਸਪੈਸ਼ਲ ਆਉਂਦੇ ਨੇ ਠੀਕ ਹੈ ਜੀ ਤਰੋ ਜੀ ਵਿੱਚ ਅੰਮਾ ਚੂਣ ਦਿਖਾਈਏ ਮੈਂਬਰ ਸਾਹਿਬ ਆਈ ਨਾ ਅੱਜ ਕੱਲ੍ਹ ਹੈਲਥ ਕੰਸ਼ੀਅਸ ਹੋਏ ਨੇ ਹੈਲਦੀ ਫੂਡ ਖਾ ਰਹੇ ਨੇ ਅੱਜ ਕੱਲ੍ਹ ਹੁਣ ਜਿਸ ਵੇਲੇ 600 ਦਿੱਤਾ ਨੇ ਤਾਂ ਹੁਣ ਕਹਿੰਦੇ ਹਨ ਸਮੋਸੇ ਉਂਝ ਵਧੀਆ ਹੋਣਾ ਜੀ ਠੰਡੇ ਪਹਿਲਾਂ ਸਮੋਸਿਆਂ ਦਾ ਆਖਿਆ ਸੀ ਚਲੋ ਬਹਰਹਾਲ ਜੀ ਜ਼ੁਲਮ ਹੀ ਹੈ ਆਹ ਦੋ ਡੱਬੀਆਂ ਨੇ ਨਿੱਕੀਆਂ ਨਿੱਕੀਆਂ ਤਾਂ 600 ਰੁਪਈਆ ਠੀਕ ਹੈ ਜੀ ਬੜਾ ਹੈ ਤੇ ਨਾ ਜੀ ਪਾ ਨਹੀਂ ਤੇ ਡੇਢ ਪਾ ਫਰੂਟ ਹੋਵੇ ਦਾ ਸਾਰਾ ਮਲਾਈਏ ਤੇ ਉਹਨੇ ਦੋ ਬਹੁਤ ਸੂਟ ਤੇ ਵੱਡੇ ਆ ਜਾਣੇ ਹਨ ਆ ਤੇ 600 ਰੁਪਈਆ ਇਹ ਇੰਜ ਦਾ ਜ਼ੁਲਮ ਪੇ ਕਰਦੇ ਜੇ ਆ ਵੇਖੋ ਇਹ ਕੀ ਹੈ ਹੈਲੋ ਭਾਈ ਦੋ ਪਾ ਦਿਓ ਫਾੜੇ ਜੀ ਮਿਹਰਬਾਨੀ ਮੈਂਬਰ ਸਾਹਿਬ ਨਾਲ ਫਰੂਟ ਚਾਟ ਨਾਲ ਨਹੀਂ ਰਜੇ ਤੇ ਹੁਣ ਆਉਂਦੇ ਨੇ ਦੋ ਸਮੋਸੇ ਲਿਆਓ ਰਹਿਮਾਨ ਬੈਕਰੀ ਵਾਲੇ ਆਉਂਦੇ ਨਾ ਇਹ ਚਿਕਨ ਸਮੋਸੇ ਬਣਾਉਂਦੇ ਨੇ ਵਾਹਵਾ ਹੁੰਦਾ ਆਉਂਦੇ ਨੇ ਮੂੰਹ ਸਲੂਣਾ ਕਰਨਾ ਹੁਣ ਮੂੰਹ ਸਲੂਣਾ ਕਰਨ ਵਾਸਤੇ ਦੋ ਸਮੋਸੇ ਲਿਆਉਂਦੇ ਨੇ ਮੈਂਬਰ ਸਾਹਿਬ ਵਾਸਤੇ ਇੱਧਰ ਵਾਲਾ ਉੱਧਰ ਵਾਲਾ ਵੀ ਕੰਪਲੀਟ ਨਹੀਂ ਹੋਇਆ ਲੇਕਿਨ ਉਹਦਾ ਵਾਜ਼ੇ ਹੋ ਗਿਆ ਕਿੰਨਾ ਕੁ ਹੋਣਾ ਤੇ ਇੱਧਰ ਵਾਲੇ ਵੀ ਜੁੜੇ ਨੇ ਭਲਵਾਨ ਦੀ ਅੱਜ ਜੀ ਡੇਰੇ ਵੀ ਜਾਂਦਿਆਂ ਹੋ ਗਿਆ ਚਿਰ ਲੇਟ ਹੀ ਹੋ ਗਏ ਆ ਹੁਣ ਤਾਂ ਤਕਰੀਬਨ ਸ਼ਾਮਾਂ ਦੀ ਜ਼ਾਨ ਚੱਲੀ ਹੋ ਅਤੇ ਇਮਾਨਦਾਰੀ ਦੀ ਗੱਲ ਹੈ ਬਰਫ਼ ਪੈਂਦੀ ਹੈ ਹੱਥਾਂ ਜਿਹੜਾ ਸੁੰਨ ਹੋ ਗਏ ਨੇ ਨਾ
मोटरसाइकिल के उत्ते पता नहीं पा लगता इन्नी यख ठंडी वाह पैंदी है भी स्कूटर ते शदीद सर्दी है जी तो सुकी सर्दी शुरू हो गई है डंगर भी बीमार ने तो बंदे भी बीमार ने ते दो कट्टे जड़े ने जामे शहादत नोश कर गए ने एक पिछलिया चौं पंजां दिनां दे विच सर्दी की वजह तो दो कट्टे जांदे रहे गर्म वाले ठीक है जी देखो हाँ जी की बने है सारी दिहाड़ी अज इं झड़ रहा सारी दिहाड़ी तो धुंद तो झड़ तो ठार शदीद तरीन पाला रहा लो जी तारा शारा जवान कढ़ रहे ने कुछ निकल गई ने ठीक है जी दो मजा रह गई ने एक चोरे अमजद तो एक दूजी अमजद वाली पर लो जी अज तो डंगर भी उड़ गए ने पाले नाल बनने शुरू कर दिते ने अमजद ने टाइम नाल ही ना आख्या इन्हों बनिए कुछ कुड़ विच जान दे अंदर तारे विच अगे तरपाल लो जी साड्या जवाना ने को खोती ते भी सिला रहमी कीता है ते खोती नू जनाब पूरा आया ना गराज दे छड़िया इत्थे कदी ट्रैक्टर खलाई दा सी जदों ट्रैक्टर डेरे खलाउंदा सी पूरे गराज दी मालक है इस वेले चलो